जहां जहां डबल इंजन सरकार बनी मोदी जी ने विकास किया है। पंजाब में, पंजाब में इस चुनाव में आप कुछ साथी भेज दीजिए, मैं बताता हूं ये भगवंत मान की सरकार यहां भाजपा के विजय के बाद लंबा चलने वाली नहीं है, लंबा चलने वाली नहीं है। पंजाबियों को धमकी दे के गए कि 4 जून तो बाद भगवंत मान की सरकार तोड़ देंगे, सी भगवंत मान सीएम नहीं रहूगा। इलेक्शन तो सेंटर सरकार दी है ते वो इदा धमकिया दे रहे एक चुनी हुई सरकार नू। असल च ना खून मूह नू लग्या होया है, पहला ये होरना पार्टियां दे एमएलए खरीदते रहे हैं, अस्तीफे दवांदे रहे हैं, बाई इलेक्शन राही जितते रहे हैं, जिवें चंडीगढ़ च मेयर दा कीता सी, वो तो खुशकिस्मती ना कैमरे लगे हुए सी ते सुप्रीम कोर्ट ने फैसला करता। ਪੰਜਾਬੀ ਜਿਹੜੇ ਨੇ ਦੇਸ਼ ਦੇ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਦੇਸ਼ ਲੈਣ ਵਾਸਤੇ ਪੰਜਾਬੀਆਂ ਦੀਆਂ ਨੇ। ਅਸੀਂ ਦੇਸ਼ ਲੈ ਕੇ ਦਿੱਤਾ ਸਾਡੇ ਪੁਰਖਿਆਂ ਨੇ, ਅਤੇ ਦੇਸ਼ ਦੇ ਗ੍ਰਹਿ ਮੰਤਰੀ ਬਣ ਕੇ ਧਮਕੀਆਂ ਦੇਣ ਆ ਗਏ ਪੰਜਾਬੀਆਂ ਨੂੰ। ਪਿਆਰ ਨਾਲ ਸਾਥੋਂ ਜੋ ਮਰਜ਼ੀ ਕਰਾ ਲਓ, ਪਰ ਜੇ ਤੁਹਾਨੂੰ ਪੰਜਾਬੀਆਂ ਨੂੰ ਕੋਈ ਧਮਕੀ ਦੇਊਗਾ ਜਾਂ ਡਰਾਊਗਾ ਉਹਦਾ ਬਹੁਤ ਉਲਟਾ ਅਸਰ ਹੁੰਦਾ। ਇਹ ਕਿਸਾਨਾਂ ਦੇ ਅੰਦੋਲਨ ਵੇਲੇ ਦੇਖਿਆ ਹੋਇਆ ਲੋਕਾਂ ਨੇ, ਮੋਦੀ ਨੇ ਵੀ ਦੇਖਿਆ ਹੋਇਆ। ਸਵਾ ਸਾਲ ਡੇਢ ਸਾਲ ਜਿੱਦ ਕਰੀ ਬੈਠਾ ਰਿਹਾ, ਪਰ ਡੇਢ ਸਾਲ ਬਾਅਦ ਮਾਫ਼ੀ ਮੰਗਣੀ ਪੈ ਗਈ ਕਿ ਮੇਰੀ ਤਪੱਸਿਆ ਮੈਂ ਕਹੀਂ ਕਮੀ ਰਹਿ ਗਈ ਹੈ। ਸੋ ਇਹ ਗੱਲ ਕਹਿਣਾ ਕਿ ਅਸੀਂ ਪੰਜਾਬ ਦੀ ਸਰਕਾਰ ਤੋੜ ਦਾਂਗੇ, 92 ਸੀਟਾਂ ਨੇ ਜੀ, ਤੋੜਨ ਵਾਲਿਆਂ ਕੋਲ ਕਿੰਨੀਆਂ ਨੇ? 3। ਉਹ 3 ਵੀ ਨਹੀਂ ਆਉਣੀਆਂ ਇਸ ਵਾਰ, ਜਦੋਂ ਜਦੋਂ ਇਲੈਕਸ਼ਨ ਹੋਊਗੀ ਉਹ 'ਚ 3 ਵੀ ਨਹੀਂ ਆ ਰਹੀਆਂ। ਬੀਜੇਪੀ 0 ਹੋ ਰਹੀ ਹੈ ਪੰਜਾਬ 'ਚੋਂ, ਅਤੇ ਧਮਕੀਆਂ ਦੇ ਰਹੇ ਕਿ ਸਰਕਾਰ ਤੋੜ ਦਾਂਗੇ ਅਸੀਂ, ਅਰਵਿੰਦ ਕੇਜਰੀਵਾਲ ਜੇਲ੍ਹ ਚਲਾ ਜਾਊਗਾ 2 ਜੂਨ ਨੂੰ, ਉਹ ਤੋਂ ਬਾਅਦ ਸਰਕਾਰ ਤੋੜ ਦਾਂ, ਕਮਾਲ ਦੀ ਗੱਲ ਹੈ। ਸਾਨੂੰ ਕੀ ਸਮਝਦੇ ਤੁਸੀਂ, ਵਿਕਾਊ ਮਾਲ ਸਮਝੇ ਸਾਨੂੰ? ਅਮਿਤ ਸ਼ਾਹ ਜੀ, ਕੀਮਤ ਉਹਦੀ ਲੱਗਦੀ ਹੈ ਜਿਹੜਾ ਮੰਡੀ 'ਚ ਹੋਵੇ, ਜਿਹੜਾ ਮੰਡੀ 'ਚ ਹੈ ਨਹੀਂ ਉਹਦੀ ਕੀਮਤ ਕੀ ਲਾ ਦੋਗੇ? 92 ਸੀਟਾਂ ਦਿੱਤੀਆਂ ਲੋਕਾਂ ਨੇ, 40-40, 50-50, 60-60, 70-70 ਹਜ਼ਾਰ 'ਤੇ ਜਿੱਤੇ ਹੋਏ ਹਾਂ, ਕੋਈ ਛੋਟਾ ਮਾਰਜਨ ਨਹੀਂ ਹੈਗਾ। ਅਤੇ ਤੁਸੀਂ ਸੋਚਦੇ ਹੋ ਵੀ ਅਸੀਂ ਇੱਦਾਂ ਹੀ ਤੋੜ ਦਾਂਗੇ? ਆਮ ਆਦਮੀ ਪਾਰਟੀ ਕੋਈ ਛੋਟਾ ਮੋਟਾ ਕੋਈ ਡੱਕਾ ਹੈ? ਕਿੱਦਾਂ ਟੁੱਟ ਜੂਗੀ? ਆਮ ਆਦਮੀ ਪਾਰਟੀ ਸੰਗਠਨ ਹੈ, ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਦੀ ਸੋਚ ਹੈ। ਕੇਜਰੀਵਾਲ ਇੱਕ ਵਿਅਕਤੀ ਥੋੜ੍ਹੀ ਹੈ, ਵਿਅਕਤੀ ਨੂੰ ਅੰਦਰ ਕਰ ਦਿਓਗੇ, ਸੋਚ ਨੂੰ ਕਿਵੇਂ ਅੰਦਰ ਕਰੋਗੇ? ਪਹਿਲਾਂ ਕਰਕੇ ਦੇਖ ਲਿਆ ਇਹਨਾਂ ਨੇ ਅੰਦਰ, ਹੇਮੰਤ ਸੋਰੇਨ ਨੂੰ ਅੰਦਰ ਕਰਤਾ, ਕਹਿੰਦੇ ਲੜ ਇਲੈਕਸ਼ਨ ਸਾਡੇ ਨਾਲ, ਹੁਣ ਸ਼ਿਵ ਸੈਨਾ ਤੋੜਤੀ ਕਹਿੰਦੇ ਲੜੋ, ਹੁਣ ਸ਼ਰਦ ਪਵਾਰ ਦੀ ਪਾਰਟੀ ਤੋੜਤੀ ਕਹਿੰਦੇ ਲੜੋ ਸਾਡੇ ਨਾਲ, ਅਰਵਿੰਦ ਜੀ ਨੂੰ ਅੰਦਰ ਕਰਤਾ ਕਹਿੰਦੇ ਲੜੋ ਸਾਡੇ ਨਾਲ, ਸਾਰੀਆਂ ਵਿਰੋਧੀ ਪਾਰਟੀਆਂ ਨੂੰ ਅੰਦਰ ਕਰਕੇ, ED ਭੇਜ ਕੇ, ਕਦੇ ਕੁਛ ਡਰਾ ਕੇ, ਬਾਅਦ 'ਚ ਕਹਿੰਦੇ ਇਲੈਕਸ਼ਨ ਲੜ ਲਓ ਸਾਡੇ ਨਾਲ। ਹੁਣ ਪ੍ਰਧਾਨ ਮੰਤਰੀ ਆਇਆ ਪਰਸੋਂ, ਉਹ ਮੈਨੂੰ ਗਾਲਾਂ ਕੱਢ ਗਿਆ 2 ਦਿਨ, ਕਹਿੰਦੇ ਮੈਂ ਜੇਲ੍ਹ 'ਚ ਕਿਉਂ ਮਿਲਣ ਗਿਆ ਇਹਨਾਂ ਨੂੰ? ਕੀ ਗੱਲ, ਮੇਰੇ ਬੌਸ ਨੇ, ਪਾਰਟੀ ਦੇ ਨੈਸ਼ਨਲ ਕਨਵੀਨਰ ਨੇ, ਜੇਲ੍ਹ 'ਚ ਮਿਲਣ ਨਹੀਂ ਜਾ ਸਕਦੇ? ਮਤਲਬ ਹੱਦ ਹੈਰਾਨੀ ਦੀ। ਕਹਿੰਦੇ ਅੱਗੇ ਦਿੱਲੀ ਦਰਬਾਰ, ਇਹ ਕਿਹੜਾ ਦਿੱਲੀ ਦਰਬਾਰ ਹੈ? ਆਪਣੇ ਵਾਲਾ ਦਿੱਲੀ ਦਰਬਾਰ ਦੇਖਿਆ ਇਹਨਾਂ ਨੇ? ਸ਼ਿਵਰਾਜ ਚੌਹਾਨ ਦੀ ਰਾਜਨੀਤੀ ਖਤਮ ਕਰਕੇ ਰੱਖਤੀ, ਖੱਟਰ ਦੀ ਰਾਜਨੀਤੀ ਖਤਮ ਕਰਕੇ ਰੱਖਤੀ, ਰਮਨ ਸਿੰਘ ਦੀ ਰਾਜਨੀਤੀ ਖਤਮ ਕਰਕੇ ਰੱਖਤੀ, ਵੈਂਕਈਆ ਨਾਇਡੂ ਦੀ ਰਾਜਨੀਤੀ ਖਤਮ ਕਰਕੇ ਰੱਖਤੀ,
ਜਿਹੜਾ ਦਿੱਲੀ ਦਰਬਾਰ 'ਚ ਹਾਜ਼ਰੀ ਨਹੀਂ ਲਵਾਉਂਦਾ ਉਹਨੂੰ ਚੱਕ ਕੇ ਮਾਰਦੇ ਆ। ਸਭ ਤੋਂ ਵੱਡਾ ਦਰਬਾਰ ਤਾਂ ਤੁਸੀਂ ਲਾਇਆ ਹੋਇਆ ਚਮਚਾਗਿਰੀ ਦਾ, ਦੋ ਬੰਦਿਆਂ ਤੋਂ ਬਾਅਦ ਨਾਂ ਨਹੀਂ ਜਾਣਦਾ ਦੇਸ਼ ਕਿਸੇ ਮੰਤਰੀ ਦਾ, ਕਿਸੇ ਨੂੰ ਆਉਣ ਹੀ ਨਹੀਂ ਦਿੰਦੇ ਮੂਹਰੇ। ਵਿਦੇਸ਼ ਮੰਤਰੀ ਕਦੇ ਵਿਦੇਸ਼ ਨਹੀਂ ਗਿਆ, ਉਹ ਤਾਂ ਸਿਰਫ ਪ੍ਰਧਾਨ ਮੰਤਰੀ ਨੂੰ ਲੈਣ 'ਤੇ ਛੱਡਣ ਜਾਂਦਾ ਬਸ। ਸੋ ਇਹ ਧਮਕੀ ਦੇਣਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੋੜ ਦੇਣਗੇ, ਇਹ ਬਹੁਤ ਗਲਤ ਫਹਿਮੀ 'ਚ ਨੇ, ਜਾਂ ਫਿਰ ਇਹਨੂੰ ਖੁਸ਼ ਫਹਿਮੀ ਕਹਿ ਲਓ। ਆਮ ਆਦਮੀ ਪਾਰਟੀ ਦੀ ਸਰਕਾਰ ਇਕੱਲੇ ਆ 3 ਸਾਲ ਨਹੀਂ, ਅਗਲੇ 15 ਸਾਲਾਂ ਵਾਸਤੇ ਆਮ ਆਦਮੀ ਪਾਰਟੀ ਸਰਕਾਰ ਦਾ ਲੋਕ ਮਨ ਬਣਾਈ ਬੈਠੇ ਨੇ। 7 ਸਾਡੇ ਰਾਜ ਸਭਾ ਦੇ ਨੇ, ਰਾਜ ਸਭਾ ਦੇ ਮੈਂਬਰ ਬੈਠੇ ਸਾਡੇ ਸੰਦੀਪ ਪਾਠਕ ਜੀ, 7 ਸਾਡੇ ਰਾਜ ਸਭਾ 'ਚ ਨੇ, 13 ਸਾਡੇ ਜਾਣਗੇ ਹੁਣ ਲੋਕ ਸਭਾ 'ਚ, 20, 4 ਦਿੱਲੀ ਤੋਂ ਆ ਰਹੇ ਹੈ, 1 ਕੁਰਸ਼ੇਤਰ ਤੋਂ, 25, 2 ਗੁਜਰਾਤ ਤੋਂ, 2 ਆ ਰਹੇ ਆਸਾਮ ਤੋਂ, 27-28 ਹੋ ਗਏ ਜੀ, 3 ਦਿੱਲੀ ਤੋਂ ਨੇ ਰਾਜ ਸਭਾ, 32-35 ਹੋ ਗਏ। ਬਹੁਤ ਵੱਡੀ ਰਾਜਨੀਤਿਕ ਸ਼ਕਤੀ ਬਣ ਕੇ ਉੱਭਰ ਰਹੀ ਆ ਆਮ ਆਦਮੀ ਪਾਰਟੀ 4 ਜੂਨ ਨੂੰ। ਆਪਣੀਆਂ ਬਚਾਓ। ਖਰਗੋਸ਼ ਨੂੰ ਕਿਸੇ ਨੇ ਕਿਹਾ ਅੱਜ ਮੀਟ ਬਣਾਈਏ, ਉਹ ਕਹਿੰਦਾ ਆਪਣਾ ਬਾਜੇ ਉਹੀ ਬਹੁਤ ਹੈ। ਸੋ ਆਪਣਾ ਫਿਕਰ ਕਰੋ ਜੀ। ਜੋ 5 ਚਰਨਾਂ 6 ਚਰਨਾਂ ਦੇ ਵਿੱਚ ਲੋਕਾਂ ਨੇ ਦੱਸਤਾ ਅਤੇ ਪ੍ਰਧਾਨ ਮੰਤਰੀ ਦਾ ਭਾਸ਼ਣ ਬਦਲ ਗਿਆ। ਪ੍ਰਧਾਨ ਮੰਤਰੀ ਕਦੇ ਇਸ ਲੈਵਲ 'ਤੇ ਦੇਖਿਆ ਕਿਸੇ ਦੇਸ਼ ਦਾ ਪ੍ਰਧਾਨ ਮੰਤਰੀ ਬੋਲਦਾ ਕਿ ਜੇ ਸਾਨੂੰ ਵੋਟ ਨਾ ਪਾਈ ਤਾਂ ਇੰਡੀਆ ਗਠਬੰਧਨ ਵਾਲੇ ਤੁਹਾਡੀਆਂ 3 ਬੱਕਰੀਆਂ 'ਚੋਂ 2 ਬੱਕਰੀਆਂ ਲੈ ਜਾਣਗੇ, ਪ੍ਰਧਾਨ ਮੰਤਰੀ ਬੋਲ ਰਿਹਾ। 2 ਮੱਝਾਂ 'ਚੋਂ 1 ਮੱਝ ਲੈ ਜਾਣਗੇ, ਜੇ ਤੁਹਾਡੇ ਕੋਲ 2 ਚੱਪਲਾਂ ਨੇ 1 ਚੱਪਲ ਚੱਕ ਕੇ ਲੈ ਜਾਣਗੇ, ਜੇ ਤੁਹਾਡੇ ਕੋਲ ਸਾਈਕਲ ਹੈ ਉਹਦਾ ਹੈਂਡਲ ਲੈ ਜਾਣਗੇ ਜਾਂ ਪੈਡਲ ਲੈ ਜਾਣਗੇ। ਇਹ ਸਰਪੰਚ ਲੈਵਲ ਤੱਕ ਦੇ ਵੀ ਮਸਲੇ ਨਹੀਂ ਹੈਗੇ। ਹਿੰਦੀ ਦੇ ਵਿੱਚ ਮੂਲ ਲਫਜ਼ ਸ਼ਬਦ 1.5 ਲੱਖ ਹੈ, ਬਾਕੀ ਹਰ ਭਾਸ਼ਾ ਅਡੋਪਟ ਕਰਦੀ ਹੈ, ਸੰਸਕ੍ਰਿਤ 'ਚੋਂ, ਉਰਦੂ 'ਚੋਂ, ਫਾਰਸੀ 'ਚੋਂ। ਹਿੰਦੀ ਕੋਲ 6.5 ਲੱਖ ਲਫਜ਼ ਹੈ ਹਿੰਦੀ ਕੋਲ, ਪ੍ਰਧਾਨ ਮੰਤਰੀ ਕੋਲ 10 ਹੈ। ਹਿੰਦੁਸਤਾਨ, ਪਾਕਿਸਤਾਨ, ਕਬਰਸਤਾਨ, ਸ਼ਮਸ਼ਾਨ, ਗਾਏ, ਭੈਂਸ, ਬੱਕਰੀ, ਮਟਨ, ਮਛਲੀ, ਮੰਗਲ ਸੂਤਰ, ਬਸ ਆ ਪ੍ਰਧਾਨ ਮੰਤਰੀ। ਆਮ ਆਦਮੀ ਪਾਰਟੀ, ਅਰਵਿੰਦ ਕੇਜਰੀਵਾਲ ਜੀ ਆਪਣੇ 8 ਸਾਲਾਂ ਦੇ ਕੰਮ 'ਤੇ ਵੋਟ ਮੰਗ ਰਹੇ ਹਾਂ। ਮੈਂ ਇਕੱਲੇ 2 ਸਾਲ ਦੇ ਕੰਮਾਂ 'ਤੇ ਵੋਟ ਮੰਗ ਰਿਹਾ ਕਿ ਮੈਂ ਸਕੂਲ ਬਣਾ ਤੇ, ਮੈਂ ਬਿਜਲੀ ਫਰੀ ਕਰਤੀ, ਮੈਂ ਥਰਮਲ ਪਲਾਂਟ ਖਰੀਦ ਲਏ, ਮੈਂ 43,000 ਨੌਕਰੀਆਂ ਦੇਤੀਆਂ, ਮੈਂ ਫਿਊਚਰ 'ਚ ਬਹੁਤ ਇਨਫਰਾਸਟ੍ਰਕਚਰ ਆ ਰਿਹਾ, ਇੰਡਸਟਰੀ ਆ ਰਹੀ ਹੈ, ਵੋਟਾਂ ਪਾਓ, ਪੋਜ਼ਿਟਿਵ ਮੰਗ ਰਿਹਾ। ਆਮ ਆਦਮੀ ਪਾਰਟੀ ਨਾਮ ਕੀ ਰਾਜਨੀਤੀ ਨਹੀਂ ਕਰਦੀ, ਕੰਮ ਕੀ ਕਰਦੀ ਹੈ। ਪ੍ਰਧਾਨ ਮੰਤਰੀ 10 ਸਾਲ ਬਾਅਦ 1 ਸਕੂਲ ਨਹੀਂ ਬਣਾ ਸਕਦਾ, 1 ਨੌਕਰੀ ਨਹੀਂ ਬਣਾ ਸਕਦਾ, ਮੰਗਲ ਸੂਤਰ, ਮਟਨ, ਮਛਲੀ, ਪਾਕਿਸਤਾਨ, ਬਸ ਜੋ ਨਫ਼ਰਤ ਦੀ ਰਾਜਨੀਤੀ ਇਹ ਕਰਦੇ ਆ, ਇਹ ਬਹੁਤ ਖਤਰਨਾਕ ਹੈ ਦੇਸ਼ ਲਈ। ਤਾਨਾਸ਼ਾਹੀ ਜਿਹੜੀ ਆ ਉਹ ਖਤਮ ਕਰਨੀ ਪੈਣੀ ਹੈ। ਬਾਬਾ ਸਾਹਿਬ ਦਾ ਸੰਵਿਧਾਨ ਖਤਰੇ 'ਚ ਹੈ, ਲੋਕਤੰਤਰ ਖਤਰੇ 'ਚ ਹੈ। ਆਪ ਹੀ ਕਹਿ ਚੁੱਕੇ ਹੈ ਸਾਨੂੰ 400 ਸੀਟਾਂ ਦੇ ਦਿਓ, ਸੰਵਿਧਾਨ ਬਦਲ ਦਿਆਂਗੇ। ਮੁੜ ਕੇ 2 ਚ ਇਲੈਕਸ਼ਨ ਹੀ ਨਹੀਂ ਹੋਣੀ, ਤਾਂ ਇੱਥੇ ਆ ਕੇ ਧਮਕੀਆਂ ਦੇ ਕੇ ਜਾਂਦੇ ਆ। ਸੋ ਮੈਂ ਕਹਿਣਾ ਚਾਹੁੰਦਾ HM ਸਾਹਿਬ ਨੂੰ, ਅਸੀਂ ਤੁਹਾਡਾ ਰਿਗਾਰਡ ਕਰਦੇ ਹਾਂ, ਦੇਸ਼ ਦੇ ਗ੍ਰਹਿ ਮੰਤਰੀ ਹੋ, ਪਰ ਇਸ ਤਰ੍ਹਾਂ ਕਿਤੇ ਆ ਕੇ ਤੁਸੀਂ ਕਿਸੇ ਸਟੇਟ ਨੂੰ ਜਾਂ ਸਟੇਟ ਦੇ ਮੁੱਖ ਮੰਤਰੀ ਨੂੰ ਕਹਿ ਕੇ ਜਾਓ ਇਹਨੂੰ ਤਾਂ ਅਸੀਂ ਲਾ ਦਿਆਂਗੇ, ਇਹਨੂੰ ਤਾਂ ਅਸੀਂ ਤੋੜ ਲਾਂਗੇ, ਇਹਨੂੰ ਤਾਂ ਅਸੀਂ ਡੇਗ ਦਿਆਂਗੇ, ਇਹ ਕੀ ਗੱਲ, ਆਹ ਕੰਮਾਂ ਕਰਨ ਵਾਸਤੇ ਤੁਸੀਂ ਦੇਸ਼ ਦੇ ਗ੍ਰਹਿ ਮੰਤਰੀ ਬਣੇ ਹੋ। ਕਦੇ ਵੀ ਪੋਜ਼ਿਟਿਵ ਵੀ ਸੋਚ ਲਿਆ ਕਰੋ ਕਿ ਸਾਡਾ 5,500 ਕਰੋੜ RDF ਦਾ ਪਿਆ ਉਹ ਦੇ ਦਿਓ ਸਾਨੂੰ ਵਾਪਸ, ਸਾਡਾ NHM ਦਾ ਪੈਸਾ ਪਿਆ ਉਹ ਦੇ ਦਿਓ ਸਾਨੂੰ,
ਜਦੋਂ ਜਦੋਂ ਸਾਡੇ ਤੋਂ ਚਾਵਲ ਅਤੇ ਗੇਹੂੰ ਲੈਣਾ ਹੁੰਦਾ ਉਹ ਤਾਂ ਸਭ ਤੋਂ ਪਹਿਲਾਂ ਫੋਨ ਕਰ ਲੈਂਦੇ ਨੇ ਕਿ ਜਿੰਨਾ ਮਰਜ਼ੀ ਮੋਇਸਚਰ ਹੋਵੇ ਅਸੀਂ ਖਰੀਦਾਂਗੇ। ਦੋ ਸੌ ਵੀਹ ਲੱਖ ਮੀਟ੍ਰਿਕ ਟਨ ਚਾਵਲ ਦਿੰਦਾ, 140 ਲੱਖ ਮੀਟ੍ਰਿਕ ਟਨ ਕਣਕ ਦਿੰਦਾ, ਤਾਂ ਇਹਨਾਂ ਦਾ PDS ਚੱਲਦਾ ਜਿਹੜੇ 'ਚ ਕਹਿੰਦੇ ਨੇ 80 ਕਰੋੜ ਅਸੀਂ ਲੋਕਾਂ ਨੂੰ ਫ੍ਰੀ ਦਿੰਦੇ ਹਾਂ, ਕਿੱਥੋਂ ਦਿੰਦੇ ਹਾਂ? ਪੰਜਾਬ ਦਿੰਦਾ। ਸੋ ਆ ਕੇ ਤੁਸੀਂ ਪੰਜਾਬ 'ਚ ਧਮਕੀਆਂ ਦਿੰਦੇ ਹੋ ਸਾਨੂੰ। ਸਾਡੇ ਕਿਸਾਨ ਜੇ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਨੇ, ਤੁਸੀਂ ਹਰਿਆਣੇ ਦਾ ਬਾਰਡਰ ਸੀਲ ਇੱਦਾਂ ਕਰਦੇ ਹੋ ਜਿਵੇਂ ਮਤਲਬ ਇਜ਼ਰਾਈਲ ਅਤੇ ਯੂਕਰੇਨ ਦਾ ਬਾਰਡਰ ਹੋਵੇ ਉਹਨਾਂ ਦਾ, ਤੁਸੀਂ ਲੈ ਕੇ ਖੜ੍ਹ ਜਾਂਦੇ ਉੱਥੇ ਅਥਰੂ ਗੈਸ ਦੇ ਗੋਲੇ, ਗੋਲੀਆਂ ਚਲਾਉਂਦੇ ਹੋ ਸਿੱਧੀਆਂ, ਰਬੜ ਦੀਆਂ ਗੋਲੀਆਂ ਦੂਜੀਆਂ ਸਿੱਧੀਆਂ, ਇੱਕ ਮੁੰਡਾ ਮਾਰਤਾ ਤੁਸੀਂ ਸ਼ੁਭ ਕਰਨ, ਕੀ ਕਿਸਾਨ ਕੀ ਕਹਿੰਦੇ ਸੀਗੇ? ਗੱਲ ਕਰ ਲਓ ਸਾਡੇ ਨਾਲ, ਗੱਲ ਕਿਉਂ ਨਹੀਂ ਕਰਦੇ? ਦਿੱਲੀ ਨਹੀਂ ਜਾ ਸਕਦੇ, ਕਿਉਂ? ਦਿੱਲੀ ਮੈਂ ਲਾਹੌਰ ਭੇਜਾਂ ਫਿਰ ਉਹਨਾਂ ਨੂੰ? ਤੁਸੀਂ ਦਿੱਲੀ, ਜੇ ਤੁਸੀਂ ਆਏ ਹੋਏ ਹੋ ਦਿੱਲੀ, ਦੇਸ਼ ਦਿੱਲੀ ਤੋਂ ਚੱਲ ਰਿਹਾ ਤਾਂ ਦਿੱਲੀ ਹੀ ਆਉਣਗੇ, ਉਹ ਮੁਸ਼ਕਿਲ ਹੱਲ ਕਰਨ ਵਾਸਤੇ ਦਿੱਲੀ ਹੀ ਆਉਣਗੇ। ਆਪ ਕੋਈ ਕੰਮ ਕਰਨਾ ਨਹੀਂ, ਕਿਸੇ ਹੋਰ ਨੂੰ ਕਰਨ ਨਹੀਂ ਦੇਣਾ, ਬਸ ਸਿਰਫ ਇਹ ਕੰਮ ਰੋਕਣਾ ਚਾਹੁੰਦੇ ਨੇ। ਇਹ ਨਹੀਂ ਚਾਹੁੰਦੇ ਭਗਵੰਤ ਮਾਨ ਸਕੂਲ ਕਿਉਂ ਬਣਾਉਣ ਲੱਗ ਗਿਆ, ਭਗਵੰਤ ਮਾਨ ਆਮ ਆਦਮੀ ਕਲੀਨਿਕ ਕਿਉਂ ਬਣਾਉਣ ਲੱਗ ਗਿਆ, ਭਗਵੰਤ ਮਾਨ ਨੇ ਬਿਜਲੀ ਫ੍ਰੀ ਕਿਉਂ ਕਰਤੀ, ਕੇਜਰੀਵਾਲ ਨੇ ਬਿਜਲੀ ਫ੍ਰੀ ਕਰਤੀ, ਦਿੱਲੀ ਦੇ ਸਕੂਲਾਂ ਦੇ ਰਿਜ਼ਲਟ, ਬੱਚੇ ਨੀਟ ਹੈ ਜੇਈ ਕਲੀਅਰ ਕਰਨ ਲੱਗ ਗਏ, ਜੱਜ ਬਣਨ ਲੱਗ ਗਏ ਦਿੱਲੀ ਦੇ ਗਰੀਬਾਂ ਦੇ ਬੱਚੇ, ਬਸ ਇਹ ਨਹੀਂ ਚਾਹੁੰਦੇ, ਕਹਿੰਦੇ ਇਹ ਗੱਲ ਫੈਲ ਨਾ ਜਾਵੇ, ਇਸ ਕਰਕੇ ਇਹਨਾਂ ਦੋਨਾਂ ਨੂੰ ਰੋਕ ਲਓ, ਬਸ ਇਹਨਾਂ ਦੋਨੇ ਸਟੇਟਾਂ ਨੂੰ ਰੋਕ ਲਓ, ਇਹ ਗੱਲ ਫੈਲ ਨਾ ਜਾਵੇ ਵੀ ਕੰਮ ਵੀ ਕਰਨੇ ਹੁੰਦੇ ਆ। ਇਹਨਾਂ ਨੇ ਸਿਰਫ ਅਤੇ ਸਿਰਫ ਹੁਣ ਤੱਕ ਪੋਲਰਾਈਜੇਸ਼ਨ ਦੀ ਰਾਜਨੀਤੀ ਕੀਤੀ ਹੈ, ਇਹਨੂੰ ਇਹਦੇ ਨਾਲ ਲੜਾ ਦਿਉ, ਇਹਨੂੰ ਇਹਦੇ ਨਾਲ ਲੜਾ ਦਿਉ, ਉਹਨੂੰ ਉਹਤੋਂ ਡਰਾ ਦਿਉ, ਉਹਨੂੰ ਉਹਤੋਂ ਡਰਾ ਦਿਉ। ਕੌਮ ਕੋ ਕਬੀਲੋ ਮੈਂ ਮਤ ਬਾਂਟੀਏ, ਲੰਬੇ ਸਫ਼ਰ ਕੋ ਮੀਲੋ ਮੈਂ ਮਤ ਬਾਂਟੀਏ, ਇੱਕ ਬਹਿਤਾ ਦਰਿਆ ਹੈ ਮੇਰਾ ਭਾਰਤ ਦੇਸ਼, ਇਸਕੋ ਨਦੀਆਂ ਔਰ ਝੀਲੋ ਮੈਂ ਮਤ ਬਾਂਟੀਏ। ਇਹ ਮੈਂ ਕਹਿਣਾ ਚਾਹੁੰਦਾ ਗ੍ਰਹਿ ਮੰਤਰੀ ਸਾਹਿਬ ਨੂੰ, ਗ੍ਰਹਿ ਮੰਤਰੀ ਸਾਹਿਬ ਕਹਿ ਰਹੇ ਨੇ ਡਾਕਟਰ ਭੀਮ ਰਾਓ ਅੰਬੇਦਕਰ ਉਨਕੀ ਆਤਮਾ ਤੜਪਤੀ ਹੋ ਗਈ, ਉਹਨੇ ਸੋਚਿਆ ਨਹੀਂ ਹੋਗਾ ਕਿ ਇੱਕ ਮੁੱਖ ਮੰਤਰੀ ਦਿੱਲੀ ਕਾ ਜੇਲ੍ਹ ਮੇਂ ਵੀ ਮੁੱਖ ਮੰਤਰੀ ਹੈ, ਅਸਤੀਫਾ ਨਹੀਂ ਦਿਆ। ਮੈਨੇ ਕਿਹਾ ਬਾਬਾ ਸਾਹਿਬ ਅੰਬੇਦਕਰ ਕੀ ਆਤਮਾ ਉਸ ਵਕਤ ਬਹੁਤ ਤੜਪਤੀ ਹੋ ਗਈ, ਉਹਨੇ ਵੀ ਸੋਚਿਆ ਨਹੀਂ ਹੋਗਾ ਕਿ ਇੱਕ ਧੜੀ ਪਾਰ ਦੇਸ਼ ਕਾ ਗ੍ਰਹਿ ਮੰਤਰੀ ਬਣ ਜਾਏਗਾ। ਆਪਣੀ ਪੀੜ੍ਹੀ ਥੱਲੇ ਸੋਟਾ ਫੇਰੋ ਪਹਿਲਾਂ, ਕਿਹੜੇ ਕਾਨੂੰਨ 'ਚ ਲਿਖਿਆ ਕਿ ਅਸਤੀਫਾ ਦੇਣਾ? ਇਹ ਤਾਂ ਚਾਹੁੰਦੇ ਆ ਤਾਂ ਕਿਸੇ ਨੂੰ ਵੀ ਮੈਨੂੰ ਫੜ ਕੇ ਅੰਦਰ ਕਰ ਦੇਣਗੇ, ਅਸਤੀਫਾ ਦੇ ਦੇ। ਕਿਉਂ ਬਈ? ਕੋਈ ਆਰੋਪ ਲੱਗੇ ਨੇ, ਦੋਸ਼ ਥੋੜ੍ਹੀ ਸਾਬਤ ਹੋਏ ਨੇ, ਚਲਾ ਸਕਦੇ ਹਾਂ ਦਿੱਲੀ ਦੀ ਸਰਕਾਰ ਚੱਲੂਗੀ, ਜੇਲ੍ਹ 'ਚੋਂ ਚੱਲੂਗੀ, ਬਸ ਇਹਨਾਂ ਨੂੰ ਇਹੀ ਦੁੱਖ ਹੈ ਭਗਵੰਤ ਮਾਨ ਜੇਲ੍ਹ 'ਚ ਕਿਉਂ ਮਿਲਣ ਚਲਾ ਗਿਆ। ਭਗਵੰਤ ਮਾਨ ਇਹ ਸ਼ੂਗਰ ਦੇ ਮਰੀਜ਼ ਨੇ, 2 ਤਰੀਕ ਨੂੰ ਮਾਨਯੋਗ ਕੋਰਟ ਦਾ ਆਦੇਸ਼ ਹੈ, ਦੁਬਾਰਾ ਜਾਣਾ ਪੈਣਾ। ਇਹ ਆਪਣੇ ਪਰਿਵਾਰ ਨਾਲ ਰਹਿ ਸਕਦੇ ਸੀਗੇ ਦਿੱਲੀ, ਪਰ ਇਹ ਇੱਥੇ ਆਏ ਹੋਏ ਨੇ, ਇਹਨਾਂ ਨੂੰ ਕੀ ਲੋੜ ਹੈ ਪੰਜਾਬ 'ਚ, ਕੀ ਲੈਣਾ ਇਹਨਾਂ ਨੇ? ਪਰਿਵਾਰ ਸਮੇਤ ਆਏ ਹੋਏ ਨੇ ਕਿ ਚਲੋ ਪਰਿਵਾਰ ਨਾਲ ਵੀ ਟਾਈਮ ਲਾ ਲਾਂਗੇ, ਨਾਲ ਲੋਕਾਂ ਨੂੰ ਅਵੇਅਰ ਕਰ ਦਈਏ, ਦੇਸ਼ ਬਚਾ ਲਈਏ, ਦੇਸ਼ ਵਾਸਤੇ ਆਏ ਹੋਏ ਨੇ। ਸੋ ਦੇਸ਼ ਭਗਤ ਬੰਦੇ ਹਾਂ, ਨੋਨ ਪੋਲੀਟੀਕਲ ਬੈਕਗਰਾਊਂਡ 'ਚੋਂ ਆਏ ਹਾਂ, ਇਨਕਮ ਟੈਕਸ ਦੇ ਕਮਿਸ਼ਨਰ ਨੇ, ਇਹ ਪ੍ਰੋਫੈਸਰ IIT ਪ੍ਰੋਫੈਸਰੀ ਦੀ ਨੌਕਰੀ ਛੱਡ ਕੇ ਆਏ ਹੈ, ਲੰਡਨ ਤੋਂ ਪੜ੍ਹੇ ਹੋਏ ਹੈ। ਮੈਂ ਬਹੁਤ ਫੇਮਸ ਕਲਾਕਾਰ ਸੀ, ਸਾਨੂੰ ਕੀ ਲੋੜ ਸੀ ਇਹਨਾਂ ਨਾਲ ਪੰਗਾ ਲੈਣ ਦੀ, ਜੇ ਇਹ ਚੱਜਦੇ ਹੁੰਦੇ ਤਾਂ, ਆ ਕੇ ਹੁਣ ਧਮਕੀਆਂ ਦਿੰਦੇ ਆ ਇਹ। ਸੋ ਇਹ ਧਮਕੀਆਂ, ਕਿੱਧਰ ਧਮਕੀਆਂ ਨਹੀਂ ਚੱਲਣੀਆਂ, ਪੰਜਾਬੀ ਇਸ ਗੱਲ 'ਤੇ ਬਹੁਤ ਨਾਰਾਜ਼ ਨੇ। ਕੱਲ੍ਹ ਦੇ ਮੈਨੂੰ ਫੋਨ ਆ ਰਹੇ ਨੇ ਕਿ ਜੀ ਐਂ ਕਿਵੇਂ ਕਹਿ ਗਿਆ ਇਹ ਕਿ ਸਰਕਾਰ ਤੋੜ ਦਾਂਗੇ, ਕਿਵੇਂ ਤੋੜਨਗੇ ਇਹ ਤਾਂ ਦੱਸ ਦਿਓ, ਰਾਸ਼ਟਰਪਤੀ ਰਾਜ ਲਾਓਗੇ, 356 ਯੂਜ਼ ਕਰੋਗੇ ਜਾਂ ਬੰਦੇ ਖਰੀਦੋਗੇ,
ਜਾਂ ਕੀ ਕਰੋਗੇ? ਇਹ ਪੰਜਾਬ ਹੈ ਜੀ, ਇੱਥੇ ਪੰਜਾਬੀ ਅਣਖ ਅਤੇ ਇੱਜ਼ਤ ਲਈ ਮਰ ਮਿਟਦੇ ਹੈ। ਸੋ ਸਾਡੀ ਪੰਜਾਬ ਦੀ ਤੁਸੀਂ ਜਿਹੜੀ ਗਰਿਮਾ ਹੈ ਉਹਨੂੰ ਹੱਥ ਪਾਉਣ ਦੀ ਕੋਸ਼ਿਸ਼ ਨਾ ਕਰੋ। ਅਤੇ ਤੁਸੀਂ ਆ ਕੇ ਕਹਿੰਦੇ ਹੋ ਬਿੱਟੂ ਕੋ ਮੈਂ ਬੜਾ ਬੰਦਾ ਬਣਾ ਦੂੰਗਾ, ਇਸ ਕੋ ਮੈਂ ਛੋਟਾ ਬਣਾ ਦੂੰਗਾ। ਤੂੰ ਆਪ ਭਾਗਯ ਵਿਦਾਤਾ ਹੋ ਗਏ, ਤੁਮ ਬਣਾਓਗੇ ਬੜਾ ਬੰਦਾ ਛੋਟਾ ਬੰਦਾ? ਇੱਕ ਉਨਕਾ ਕਹਿ ਰਿਹਾ ਕਿ ਮੋਦੀ ਜੀ ਭਗਵਾਨ ਕਾ ਰੂਪ ਹੈ, ਭਗਵਾਨ ਜਗਨਨਾਥ ਮੋਦੀ ਜੀ ਕੇ ਭਗਤ ਹੈ। ਤੁਸੀਂ ਦੇਖੋ ਹੰਕਾਰ ਦੀ ਹਾਈਟ। 2014 'ਚ ਕਹਿੰਦਾ ਮੈਂ ਪ੍ਰਧਾਨ ਸੇਵਕ, 2019 'ਚ ਕਹਿੰਦਾ ਮੈਂ ਚੌਂਕੀਦਾਰ, 2024 'ਚ ਕਹਿੰਦਾ ਮੈਂ ਭਗਵਾਨ ਦਾ ਅਵਤਾਰ। ਕਿੱਥੇ ਤੱਕ ਪਹੁੰਚ ਗਿਆ ਹੈ? ਇਹ ਅਹੰਕਾਰ ਹੈ ਜੀ। ਪੰਜਾਬੀ ਦੀ ਕਹਾਵਤ ਹੈ ਅੱਤ ਅਤੇ ਖੁਦਾ ਦਾ ਵੈਰ। ਇਹ ਅੱਤ ਕਰ ਰਹੇ ਨੇ, ਇਹਨੂੰ ਪਤਾ ਨਹੀਂ ਹੈਗਾ ਆੜੇ ਅਤੇ ਅੱਧਕ ਤੱਤਾ ਅੱਤ। ਜਦੋਂ ਅੱਤ ਹੋ ਜਾਏ ਅੱਤ ਕਰਨ ਵਾਲੇ ਨੂੰ ਵੀ ਨਹੀਂ ਪਤਾ ਲੱਗਦਾ ਅੱਧਕ ਦੀ ਟਿੱਪੀ ਕਦੋਂ ਬਣ ਗਈ। ਆੜੇ ਅਤੇ ਟਿੱਪੀ ਤੱਤਾ ਅੰਤ।